ਜਲੰਧਰ ਜ਼ਿਮਨੀ ਚੋਣਾਂ ਨੂੰ ਲੈ ਕੇ ਤਮਾਮ ਸਿਆਸੀ ਪਾਰਟੀਆਂ ਦਾ ਅੱਡੀ ਚੋਟੀ ਦਾ ਜ਼ੋਰ ਆ ਉਹ ਲੱਗਿਆ ਹੋਇਆ ਤਾਂ ਮਹਿਜ ਇੱਕ ਦਿਨ ਦਾ ਸਮਾਂ ਜਿਹੜਾ ਬਚਿਆ ਤਾਂ ਪਰਸੋਂ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਕੁਝ ਮਹਿਲਾਵਾਂ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕਿਵੇਂ ਦੇਖਦੇ ਨੇ ਮੈਮ ਕਿਵੇਂ ਦੇਖਦੇ ਹੋ ਜਲੰਧਰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਕਿਸ ਪਾਰਟੀ ਦਾ ਉਮੀਦਵਾਰ ਕੀ ਲੱਗਦਾ ਇਸ ਵਾਰ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤੂਗਾ ਦੇਖੋ ਜੇ ਆਪਾਂ ਕਾਂਗਰਸ ਦੇ ਉਮੀਦਵਾਰ ਦੀ ਗੱਲ ਕਰੀਏ ਮੈਡਮ ਦੀ ਅਤੇ ਉਹ ਜਿਸ ਤਰ੍ਹਾਂ ਇੱਥੇ ਡਿਪਟੀ ਮੇਅਰ ਰਹਿ ਚੁੱਕੇ ਆ ਲੇਕਿਨ ਉਹਨਾਂ ਨੇ ਕੁਛ ਨਹੀਂ ਕੀਤਾ ਮਹੱਲੇ ਲਈ ਹੈ ਨਾ ਆਪਣੇ ਵਾਰਡ ਲਈ ਆਪਣੇ ਏਰੀਏ ਲਈ ਕੁਛ ਨਹੀਂ ਕੀਤਾ ਅਤੇ ਜਿੱਥੇ ਆਪਾਂ ਭਗਤ ਜੀ ਦੀ ਗੱਲ ਕਰ ਲਈਏ ਅਤੇ ਉਹਨਾਂ ਦਾ ਜਿਹੜਾ ਵਿਵਹਾਰ ਆ ਲੋਕਾਂ ਲਈ ਬਹੁਤ ਹੀ ਵਧੀਆ ਆ ਔਰ ਉਹ ਹਰ ਇੱਕ ਦੇ ਦੁੱਖ ਸੁੱਖ 'ਚ ਵਿਚਰਦੇ ਆ ਜਦਕਿ ਮੈਡਮ ਤੋਂ ਕਦੀ ਮੇਰਾ ਖਿਆਲ ਨਹੀਂ ਆਉਂਦੇ ਕਿਸੇ ਦੇ ਇਸ ਕਰਕੇ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਭਗਤ ਸਿੰਘ ਜੀ ਲਈ ਦੇਖੋ ਜੇ ਆਪਾਂ ਮਹੱਲਾ ਕਲੀਨਿੰਗ ਦੀ ਗੱਲ ਕਰੀਏ ਦੇਖੋ ਉਸ ਜਗ੍ਹਾ 40 ਜਿਹੜੇ ਟੈਸਟ ਫਰੀ ਆ ਜੇ ਅਸੀਂ ਬਾਹਰੋਂ ਕਰਾਉਂਦੇ ਤਾਂ ਘੱਟੋ ਘੱਟ ਨਹੀਂ ਤਾਂ 10-15 ਹਜ਼ਾਰ ਰੁਪਇਆ ਲੱਗਦਾ ਠੀਕ ਹੈ ਬਾਕੀ ਜੇ ਆਪਾਂ ਬਿਜਲੀ ਦੇ ਬਿੱਲਾਂ ਦੀ ਗੱਲ ਕਰ ਲਈ ਉਹ ਵੀ ਦੇਖੋ ਕਿੰਨੀ ਬੱਚਤ ਆ ਔਰ ਇਹਨਾਂ ਨੇ ਇੱਕ ਤੋਂ ਇੱਕ ਕੰਮ ਜਿਹੜੇ ਬਹੁਤ ਵਧੀਆ ਕੀਤੇ ਆ ਅਤੇ ਮੇਰੇ ਹਿਸਾਬ ਨਾਲ ਸਾਨੂੰ ਲੱਗਦਾ ਕਿ ਆਪਾਂ ਭਗਤ ਜੀ ਨੂੰ ਹੀ ਜਿਤਾਈਏ ਤਾਂ ਕਿ ਜਿਹੜਾ ਗਾਂ ਸਾਡੇ ਸ਼ਹਿਰ ਦਾ ਵਿਕਾਸ ਅੱਛੀ ਤਰ੍ਹਾਂ ਹੋ ਸਕੇ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ 2.5 ਸਾਲ ਤਕਰੀਬਨ 2.5-3 ਸਾਲ ਹੋ ਚੱਲੇ ਨੇ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖਦੇ ਦੇਖੋ ਸਰਕਾਰ ਦੇ ਕੰਮ ਬਹੁਤ ਵਧੀਆ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮਿਲ ਰਿਹਾ ਔਰ ਲੋਕਾਂ ਦੀ ਬਹੁਤ ਹੈਲਪ ਹੋ ਰਹੀ ਹੈ ਹਰ ਜਗ੍ਹਾ ਅਸੀਂ ਬਹੁਤ ਖੁਸ਼ ਹਾਂ ਇਹਨਾਂ ਦੇ ਕੰਮਾਂ ਤੋਂ ਤਾਂ ਮੈਮ ਕੀ ਲੱਗਦਾ ਇਸ ਵਾਰ ਜਲੰਧਰ ਦੇ ਲੋਕ ਵੋਟ ਪਾਉਣ ਲੱਗੇ ਕਿਹੜੇ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖਣਗੇ ਕੀ ਸੋਚ ਕੇ ਵੋਟ ਕਰਨਗੇ ਸਰ ਮੁੱਦੇ ਤਾਂ ਦੇਖੋ ਇਹ ਮੇਨ ਹੁੰਦੇ ਆ ਵਿਕਾਸ ਦੇ ਠੀਕ ਹੈ ਜਿੱਥੇ ਵਿਕਾਸ ਹੋਏਗਾ ਉੱਥੇ ਓਬਵੀਅਸਲੀ ਆ ਵੋਟ ਪਏਗੀ ਆਪਣੀ ਆਮ ਆਦਮੀ ਪਾਰਟੀ ਦੇ ਭਗਤ ਜੀ ਖੜ੍ਹੇ ਆ ਬਹੁਤ ਵਧੀਆ ਕੰਮ ਕੀਤਾ ਹੈ ਇੱਕ ਕਹਿੰਦੇ ਨਾ ਜ਼ਮੀਨੀ ਬੰਦੇ ਆ ਕਿ ਉਹਨਾਂ ਦੇ ਵਿੱਚ ਹਰ ਦੁੱਖ ਸੁੱਖ ਦੇ ਵਿੱਚ ਹਾਜ਼ਰ ਹੋਣ ਵਾਲੇ ਆ ਪਲੱਸ ਇਹ ਆ ਕਿ ਉਹਨਾਂ ਦੇ ਜਿਸ ਤਰ੍ਹਾਂ ਅਸੀਂ ਆਪਣੇ ਜਲੰਧਰ ਦੇ ਵਿਕਾਸ ਦੀ ਗੱਲ ਕਰੀਏ ਰੋਡ ਹੈ ਸੀਵਰੇਜ ਹੈ ਕਿੰਨੀਆਂ ਚੀਜ਼ਾਂ ਦਾ ਹੈਗਾ ਹੈ ਚੱਲਦਾ ਪਿਆ ਅਤੇ ਉਹ ਵਿਕਾਸ ਪੱਕਾ ਹੀ ਕਰਨਗੇ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਦੇ ਇੰਨਾ ਕੁ ਜ਼ਿਆਦਾ 2.5 ਸਾਲਾਂ ਦੇ ਵਿੱਚ ਵਿਕਾਸ ਕੀਤਾ ਜਿੰਨਾ ਕਿ 75 ਸਾਲਾਂ ਦੀਆਂ ਸਰਕਾਰਾਂ ਨੇ ਵੀ ਨਹੀਂ ਕੁਛ ਕੀਤਾ ਅਤੇ ਸਰ ਅਸੀਂ ਇਹ ਆਸ ਕਰਦੇ ਹਾਂ ਕਿ ਮਤਲਬ ਬਹੁਤ ਵਧੀਆ ਭਗਤ ਜੀ ਨੂੰ ਜੇ ਅਸੀਂ ਜਿਤਾਈਏ ਤਾਂ ਬਹੁਤ ਸਾਡਾ ਜਲੰਧਰ ਦਾ ਬਾਕੀ ਪਾਰਟੀਆਂ ਦੇ ਕੈਂਡੀਡੇਟ ਨੂੰ ਕਿਵੇਂ ਦੇਖਦੇ ਹੋ ਤੁਸੀਂ ਸਰ ਬਾਕੀਆਂ ਦਾ ਦੇਖੋ ਇੱਦਾਂ ਹੀ ਡਿਪਟੀ ਮੇਅਰ ਰਹੇ ਆ ਮੈਡਮ ਅਤੇ ਉਹਨਾਂ ਨੇ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਵੀ ਦੇਖ ਲਓ ਥੋੜ੍ਹਾ ਝੱਤ ਇੱਧਰ ਜਲੰਧਰ ਸ਼ਹਿਰ ਦੇ ਵਿੱਚ ਝਾਤੀ ਮਾਰ ਕੇ ਕਿ ਕਿੰਨਾ ਕੁ ਵਿਕਾਸ ਹੋਇਆ ਕਿ ਕਿਤੇ ਪਾਸੇ ਲੱਗ ਰਿਹਾ ਕਿਤੇ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਕਿਤੇ ਕੁਛ ਹੈ ਨਾ ਕਿ ਤੁਸੀਂ ਖੁਦ ਸਮਝਦਾਰ ਹੋ ਕਿ ਦੇਖੋ ਕਿਤੇ ਪਾਸੇ ਲੱਗ ਨਹੀਂ ਰਿਹਾ ਕਿ ਡਿਪਟੀ ਮੇਅਰ ਹੋਣ ਦੇ ਬਾਵਜੂਦ 1% ਵੀ ਵਿਕਾਸ ਹੋਇਆ ਹੈ ਕਿਤੇ ਪਾਸੇ ਹਾਂਜੀ ਤਾਂ ਮੈਮ ਤੁਹਾਨੂੰ ਕੀ ਲੱਗਦਾ ਇਸ ਵਾਰ ਜਦੋਂ ਵੋਟ ਪਾਓਗੇ ਕੀ ਮੁੱਦੇ ਨੇ ਜਿਹੜੇ ਜਹਿਨ ਦੇ ਵਿੱਚ ਰਹਿਣ ਵਾਲੇ ਅੱਛਾ ਮੈਮ ਇੱਕ ਚੀਜ਼ ਦੱਸਿਓ ਮਹਿਲਾਵਾਂ ਨੂੰ 1-1 ਹਜ਼ਾਰ ਰੁਪਇਆ ਦੇਣ ਦੀ ਗੱਲ ਹੋਈ ਸੀ ਸਰਕਾਰ ਦੇ ਵੱਲੋਂ ਨਾਰਾਜ਼ਗੀ ਤਾਂ ਨਹੀਂ ਕਿਤੇ ਵੀ 2.5-3 ਸਾਲ ਹੋ ਗਏ ਹਾਲੇ ਤੱਕ ਪੈਸੇ ਨਹੀਂ ਮਿਲੇ ਸਰ ਥੋੜ੍ਹੀ ਜਿਹੀ ਹੁੰਦੀ ਆ ਬਟ ਪਤਾ ਕੀ ਆ ਦੇਖੋ ਕੰਮ ਹੌਲੀ ਹੌਲੀ ਹੁੰਦੇ ਆ ਹੈ ਨਾ ਜੋ ਸਾਡੀ ਸਰਕਾਰ ਨੇ ਕਿਹਾ ਉਹ ਪੱਕਾ ਪੂਰਾ ਕਰੇਗੀ ਇਹ ਨਹੀਂ ਹੈ ਕਿ ਨਹੀਂ ਕਰਨ ਵਾਲੀ ਦੇਖੋ ਮਤਲਬ ਰੱਖੜੀ ਤੱਕ ਸ਼ਾਇਦ ਹੋ ਜਾਏ ਸਾਨੂੰ ਹੋਪ ਤਾਂ ਸਾਰਿਆਂ ਨੂੰ ਇਹ ਹੈਗੀ ਆ ਬਾਕੀ ਦੇਖੋ ਰਕਸ਼ਾ ਬੰਧਨ ਦਾ ਗਿਫਟ ਮਿਲ ਜੂਗਾ ਸ਼ਾਇਦ ਸਰ ਉਮੀਦ ਪੂਰੀ ਹੈ ਸਾਰਿਆਂ ਨੂੰ ਸਾਨੂੰ ਬਾਕੀ ਦੇਖੋ ਜੋ ਵਾਅਦੇ ਕੀਤੇ ਆ ਪੰਜਾਬ ਸਰਕਾਰ ਨੇ ਉਹ ਪੂਰੇ ਪੱਕਾ ਕਰਨਗੇ ਇੱਦਾਂ ਨਹੀਂ ਹੋ ਸਕਦਾ ਨਹੀਂ ਕਰਨਗੇ ਹਾਂਜੀ ਤਾਂ ਬਿਲਕੁਲ ਮਹਿਲਾਵਾਂ ਦਾ ਸਾਫ਼ ਤੌਰ 'ਤੇ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਨਵੀਂ ਸਰਕਾਰ ਦੇ ਵੱਲੋਂ ਜੋ ਕੰਮ ਕੀਤੇ ਗਏ ਨੇ ਕੰਮਾਂ ਤੋਂ ਪ੍ਰਭਾਵਿਤ ਹੋਏ ਨੇ ਲੋਕ ਤਾਂ ਲੋਕ ਹੁਣ ਇਸ ਵਾਰ ਫਿਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਹੀ ਵੋਟ ਕਰਨਗੇ ਔਰ ਦੂਜੇ ਪਾਸੇ ਵੀ ਗੱਲ ਕਹਿ ਰਹੇ ਨੇ ਭਾਵੇਂ ਜਿਹੜੇ 1-1 ਹਜ਼ਾਰ ਰੁਪਏ ਦੀ ਗੱਲ ਕਹੀ ਗਈ ਸੀ ਚਾਹੇ ਲੇਟ ਜ਼ਰੂਰ ਹੋ ਗਿਆ ਪਰ ਲੱਗਦਾ ਕਿ ਇਸ ਵਾਰ ਰੱਖੜੀ 'ਤੇ ਜਿਹੜਾ ਕਿ 1-1 ਹਜ਼ਾਰ ਰੁਪਏ ਦੀ ਸੌਗਾਤ ਉਹ ਵੀ ਉਹਨਾਂ ਨੂੰ ਮਿਲਦੀ ਹੋਈ ਨਜ਼ਰ ਆਵੇਗੀ
ਕੈਮਰਾ ਪਰਸਨ ਮਨੀਸ਼ ਨਾਲ ਹਿੰਮਤ ਸਿੰਘ ਦੀ ਗੋਪਾਲ ਦੈਨਿਕ ਸਵੇਰਾ ਜਲੰਧਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।